जसे का मुकाबला करता है, देखा भी कि जितने
ਕੀੜੇ ਦਾ ਬਾਅਦ ਪਹਿਲਾ ਸੇਧ ਜ਼ਰੂਰੀ ਏ ਪਹਿਲਾ ਸੇਧ ਜ਼ਰੂਰੀ ਏ ਓਏ ਅੱਜ ਤੇ ਦੱਸਾਂ ਵੀ ਬੱਲੇ ਬੱਲੇ ਕਰਾਈ ਜਾਂਦਾ ਢਾਲ ਸਿੰਦਰ ਬੱਖਰੀਆ ਉਧਰ ਪ੍ਰਤਿਪਾਤ ਉੱਪਰਲੇ ਪਾਸੇ ਤੇ ਹੇਠਲੇ ਪਾਸੇ ਆਜ ਸਿੰਦਰ ਸ਼ੇਖ ਹੈ ਕਿ ਇਹਨਾਂ ਤਾਂ ਨੂੰ ਵੀ ਸੋਵੇ ਜਿਨ੍ਹਾਂ ਦੀ ਨੇ ਅੱਗ ਲਾਉਣੀ ਓਹੇ ਡਰਦੇ ਵੀ ਹੁੰਦੇ ਜਿਨ੍ਹਾਂ ਦੁਨੀਆ ਡਰਾਉਣੀ ਕਿ ਕਈ ਵਾਰ ਅੱਖਾਂ ਉੱਤੇ ਬੰਦ ਬੱਤੀਆਂ ਤਾਂ ਕਿ ਸੂਰੇ ਦੇ ਕੇਂਦਰ ਲਗਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਬਿਰੜੀ ਕਰੇ ਦਿਨ ਚੰਗੇ ਆਉਂਦੇ ਨਹੀਂ ਜੇ ਹੋਣੇ ਪੈਂਦੇ ਨੇ ਨਹੀਂ ਇਹ ਸਾ ਚਾਹੇ ਕੁਸ਼ਤੀ ਉਹਦੇ ਬਦਲੇ ਇੱਕ ਪਾਸੇ ਪ੍ਰਤਮਾਰੇ ਤੇ ਦੂਸਰੇ ਪਾਸੇ ਸ਼ਿਕੰਦਰ ਸ਼ੇਖ ਹੈ ਕਿ ਸ਼ਿਕੰਦਰ ਸ਼ੇਖ ਨੂੰ ਕਹਿੰਦੇ ਆ ਯਾਰੋ ਮਹਾਰਾਸ਼ਟਰ ਦੀ ਕੰਚੀ ਦਾ ਮਾਦਾ ਹੈ ਪੈਂਦੀ ਇੱਕੋ ਛੱਡ ਕੇ ਚੁੱਪਰੀਆਂ ਹਲਾਉਂਦਾ ਏ ਪਾਨ ਯੂਕੇ ਵਾਲਾ ਕਹਿੰਦਾ ਇਹਦਾ ਨਾਮ ਵੀ ਚੇਪੂ ਦੇ ਅਮਲਾ ਵਿੱਚ ਆਉਂਦਾ ਏ ਤੇ ਪਾਨ ਯੂਕੇ ਵਾਲਾ ਕਹਿੰਦਾ ਇਹਦਾ ਨਾਮ ਵੀ ਚੇਪੂ ਦੇ ਅਮਲਾ ਵਿੱਚ ਆਉਂਦਾ ਏ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਪਾਨ ਯੂਕੇ ਵਾਲੇ ਜੋ ਕਿ ਬਹੁਤ ਵਧੀਆ ਰਾਈਟਰ ਵੀ ਨੇ ਬਹੁਤ ਵਧੀਆ ਲਿਖਾਰੀ ਵੀ ਨੇ ਬਈ ਜਿਹੜੇ ਭਰਾ ਲਾਈਨ ਫੋਨ ਕਰਦੇ ਆ ਜਿਹੜੇ ਭਰਾ ਫੋਨ ਕਰਦੇ ਆ ਪਲੀਜ਼ ਦਾਦਾ ਫੋਨ ਚੱਕਦਾ ਕੋਈ ਇਹਦਾ ਸੁਣਦਾ ਨਹੀਂ ਹੈ ਹੋ ਜਿਹੜਾ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਦੀਪਾ ਜੀ ਇੱਕ ਵਾਰ ਦੇਸ ਨਾਮੀ ਗਾੜੇ ਪਾਸ਼ਾ ਨੂੰ ਇੱਥੇ ਵਾਰ ਸੁਣਦੇ ਆ ਬਾਬਾ ਜੀ ਆਏ ਬੜੇ ਬੱਚੇ ਵਾਰ ਇੱਕ ਵਾਰ ਪਲੀਜ਼ ਭਾਈ ਦਰਸ਼ਕੋ ਬੜਾ ਪਿਆਰ ਓਕਾਰ ਕਾਰੀ ਦੇ ਨਾਲ ਤੇ ਪਾਲ ਯੂਕੇ ਵਾਲੇ ਦੇ ਨਾਲ ਚਾਹੇ ਪੰਜਾਬ ਦੇ ਨਗਰਾਂ ਦੀ ਗੱਲ ਹਿਮਾਚਲ ਦੇ ਨਗਰਾਂ ਦੀ ਗੱਲ ਹਰਿਆਣੇ ਦੇ ਨਗਰਾਂ ਦੀ ਗੱਲ ਚਾਹੇ ਉਹਨਾਂ ਦੇ ਨਗਰਾਂ ਦੀ ਗੱਲ ਹਿੰਦੁਸਤਾਨ ਦੇ ਸਭ ਤੋਂ ਵੱਧ ਨਗਰ ਕਰਦੇ ਆ ਬਾਬਾ ਜੀ ਇੱਕ ਵਾਰ ਤਾਲੀਆਂ ਮਾਰ ਦੇ ਯੋਗਦਾਰਾਂ ਦੇ ਰੱਬੇ ਵਾਹ ਜੀ ਵਾਹ ਕੇ ਝੂਠਿਆਂ ਨਾਲ ਨਾ ਯਾਰੀ ਗੱਲਾਂ ਸੱਚੀਆਂ ਕਰਦਾ ਏ ਕੀ ਪੀ ਪਹਿਲਵਾਨੀ ਯਾਦ ਖੁਦਾ ਨੂੰ ਕਰਦਾ ਏ ਮਨ ਸੱਦ ਕੇ ਚੋਟੀ ਦੇ ਦੰਗਲ ਕਰਵਾਉਂਦਾ ਏ ਫਿਰ ਹੁਣ ਫੈਸਲੇ ਜੀ ਦੁੱਧ ਸਾਰ ਬਿਠਾਉਂਦਾ ਏ ਲੋਕੀ ਮਾਰ ਪੂਰਾ ਕਰਦੇ ਮਾਵੇ ਅਤੇ ਦਵਾਵੇ ਦੇ ਤਾਈਓ ਵਿੱਚ ਹਮਾਚਲ ਦੇ ਚਾਚੇ ਦੀਪੇ ਬਾਬੇ ਦੇ ਤਾਈਓ ਵਿੱਚ ਉਹਦੇ ਦੇ ਚਾਚੇ ਦੀਪੇ ਬਾਬੇ ਦੇ ਮਾਵੇ ਬਾਬਾ ਜੀ ਦੇ ਵੱਡੇ ਚਾਚੇ ਹਰ ਗੱਗਰ ਦੀ ਸ਼ਾਨ ਬਣਦੇ ਆ ਬਾਬਾ ਜੀ ਜੱਸੀ ਬਾਈ ਮੇਲੇ ਬਹੁਤ ਲਿਖੇ ਆ ਪਰ ਇਹਨਾਂ ਜਿਹੜਾ ਦਰਸ਼ਕਾਂ ਦਾ ਠਾਠਾ ਮਾਰਦਾ ਕਾਠੇ ਗਵਾਹੀ ਭਰ ਰਿਹਾ ਹੈ ਕਿ ਦੰਗਲ ਕਮੇਟੀ ਵੱਲੋਂ ਸਾਡੇ ਪਾਲ ਬਾਜੀ ਹੋਰਾਂ ਵੱਲੋਂ ਕਾਲੀ ਬਾਜੀ ਵੱਲੋਂ ਚੋਟੀ ਦਾ ਦੰਗਲ ਕਰਾਇਆ ਗਿਆ ਇੱਕ ਵਾਰ ਤਾਲੀਆਂ ਲਾ ਦਿਓ ਜ਼ੋਰਦਾਰ ਦੰਗਲ ਕਮੇਟੀ ਦੇ ਲਈ ਤਾਲੀਆਂ ਲਾ ਦਿਓ ਨਗਰ ਦੇ ਲਈ ਵਾਹ ਜੀ ਸਾਡੀਆਂ ਮਾਤਾਵਾਂ ਪੈਣਾ ਹੁਣ ਤੱਕ ਖੜੀਆਂ ਪਹਿਲਾ ਦੰਗਲ ਦੇਖੇ ਵੀ ਜਿੱਥੇ ਹੁਣ ਤੱਕ ਮਾਤਾਵਾਂ ਪੈਣਾ ਖੜੀਆਂ ਇਹਨੀਆਂ ਮਾਤਾਵਾਂ ਪੈਣਾ ਆਪਣੇ ਪੈਸੇ ਲੈਣੇ ਆ ਸਾਲ ਵਾਲੇ ਨੇ ਆਪਣੇ ਪੈਸੇ ਲੈਣੇ ਆ ਤੇ ਘਰਾਂ ਨੂੰ ਚੱਲਿਆ ਜਾਣਾ ਵੈਰੀਕੇਟ ਵਾਲੇ ਨੇ ਆਪਣੇ ਪੈਸੇ ਲੈਣੇ ਤੇ ਘਰ ਨੂੰ ਵੰਗ ਜਾਣਾ ਅਸੀਂ ਨੇ ਬੋਲਣ ਵਾਲੇ ਨੇ ਪੈਸੇ ਲੈਣੇ ਆ ਘਰਾਂ ਨੂੰ ਵੰਗ ਜਾਣਾ ਪਰ ਜੇ ਕੋਈ ਬਿਨਾ ਲਾਲਚ ਤੋਂ ਖੜਾ ਤਾਂ ਇਸ਼ਕ ਕਰਨ ਵਾਲੇ ਕੁਸ਼ਤੀ ਨੂੰ ਉਹ ਦਰਸ਼ਕ ਵੀ ਖੜੇ ਆ ਰੱਬ ਵਰਗੇ ਇੱਕ ਵਾਰ ਆਪਣੇ ਨਾਲ ਤੇ ਤਾਲੀਆਂ ਮਾਰੋ ਜਿਹੜੇ ਪਿਆਰ ਕਰਦੇ ਆ ਸੱਚਾ ਪਿਆਰ ਕਰਦੇ ਬੰਦੇ ਆ ਕੋਈ ਧੰਨਵਾਦ ਆ ਸੱਚਾ ਪਿਆਰ ਕਰਨ ਵਾਲੇ ਆ ਜੱਸੀ ਬਾਈ ਜਿਹੜੇ ਪੰਖਾ ਥਰੇਟ ਵਾਲੇ ਉਹਦੇ ਜਲੇ ਹੀ ਕਰਨ ਦੇ ਵਾਹ ਜੀ ਵਾਹ ਨਹੀਂ ਕਿ ਸੱਚੇ ਆਸ਼ਿਕ ਕੁਸ਼ਤੀ ਨੇ ਕਿ ਬੰਜਰ ਕਹਿੰਦੇ ਵੀ ਪਾ ਨਹੀਂ ਸਕਦੇ ਬਿਨਾਂ ਸਤਾਬੋ ਚੇਲੇ ਜਿੰਨਾ ਸੋਧੀਆਂ ਨਾ ਬਾਜ ਬੱਲਾ ਤੇ ਦਰਸ਼ਕਾ ਬਾਜ ਨਾ ਮੇਲੇ ਵਾਕਈ ਆਗੇ ਦਰਸ਼ਕ ਨਾ ਹੁਣ ਤਾਂ ਮੇਲੇ ਕਰਾਉਣ ਦਾ ਵੀ ਕੋਈ ਫਾਇਦਾ ਨਹੀਂ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਜੇ ਗੱਲ ਕਰੀਏ ਬਈ ਪਾਲ ਬਈ ਉਹਨਾਂ ਦੇ ਨਾਲ ਪਹਿਲਵਾਨਾਂ ਦਾ ਵੀ ਇੰਨਾ ਪਿਆਰ ਹੈ ਤੇ ਸਾਡਾ ਵੀ ਬੜਾ ਪਿਆਰ ਹੈ ਪੈਸੇ ਕਰਕੇ ਕੋਈ ਨਹੀਂ ਆਇਆ ਇਹ ਸਾਡੇ ਘਰ ਦਾ ਦੰਗਲ ਹੈ ਕਿਉਂਕਿ ਕਿਸੇ ਪਹਿਲਵਾਨ ਨੇ ਜਾਂ ਕਿਸੇ ਪਰਲੇ ਪਾਸੇ ਹੈ ਤੇ ਨਿਚਲੇ ਪਾਸੇ ਸ਼ੇਖ ਹੈ ਸ਼ੇਖ ਹੈ ਤੇ ਇਹਨਾਂ ਚਾਹਦਾ ਹੋਇਆ ਮੁਕਾਬਲਾ ਜੱਸਾ ਪਹਿਲਵਾਨ ਪੱਟੂ ਤੇ ਦੂਸਰੇ ਪਾਸੇ ਸਤੇਂਦਰ ਪਹਿਲਵਾਨ ਬੱਖੜੀਆ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਤੇ ਇੱਕ ਵਾਰ ਤਾਂ ਮੌਤ ਵੀ ਕੰਮ ਜਾਂਦੀ ਔਰ ਖੜਾ ਵੇ ਤੇ ਸਿੰਘ ਸਰਦਾਰ ਬੂਰੇ ਵੱਡੇ ਵੱਡੇ ਜ਼ਾਲਮ ਵੀ ਢੇਰ ਹੋ ਗਏ ਸਾਡੀ ਚੰਗ ਦੀ ਤੇਜ ਤਲਵਾਰ ਬੂਰੇ ਅੱਖਾਂ ਨਾਲ ਹੋ ਜਾਣਾ ਸੁਭਾਅ ਸਾਡਾ ਔਰ ਸਿੰਘ ਝੁਕਦੇ ਨਹੀਂ ਕਿਸੇ ਕਰਤਾਰ ਬੂਰੇ ਕੇ ਤਾ 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 ਜਾਂਦਾ ਭਾਵੇਂ ਮਾਰ ਵੱਡਾ ਠਿੱਕੇ ਪੈਂਦੇ ਨੇ ਸਾਡੀ ਦਸਤਾਰ ਬੂਰੇ ਕੇ ਤਾ 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 ਜਾਂਦਾ ਭਾਵੇਂ ਮਾਰ ਵੱਡਾ ਠਿੱਕੇ ਪੈਂਦੇ ਨੇ ਸਾਡੀ ਦਸਤਾਰ ਬੂਰੇ ਭਾਈ ਸਰਦਾਰ ਪਹਿਲਵਾਨ ਦੇ ਨਾਲ ਦੇ ਦੱਸੇ ਪੱਟੀ ਦੇ ਨਾਲ ਤਾਲੀਆਂ ਮਾਰਦੇ ਹਾਂ ਛੱਡੀ ਆਪ ਤੱਕ ਤੱਕ ਸੀ
ਪਰਦੇਸਾਂ ਬਿਲਕੁਲ ਤੱਕ ਲਾ ਔਰ
ਬੰਦਵਾਸੀਆਂ ਦਾ